ਹਾਂਜੀ ਦੋਸਤੋ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਅਮਨ ਸਟਰੀ ਟਿਪਸ ਤੇ ਸਵਾਦ ਕੀਤਾ ਜਾਂਦਾ ਹੈ ਤੇ ਆਪਾਂ ਲੈ ਕੇ ਆਏ ਤੁਹਾਡੇ ਲਈ ਬਹੁਤ ਵੱਡੀ ਖਬਰ ਇਸ ਕਰਕੇ ਸਾਰੀ ਖਬਰ ਨੂੰ ਡਿਟੇਲ ਵਿੱਚ ਜਾਣਨ ਲਈ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਤੇ ਵੀਡੀਓ ਨੂੰ ਸਕਿੱਪ ਜਮਾ ਨਾ ਕਰਿਓ ਤਾਂ ਕਿ ਤੁਹਾਨੂੰ ਸਾਰੀ ਖਬਰ ਬਾਰੇ ਜਾਣਕਾਰੀ ਮਿਲ ਸਕੇ ਅਤੇ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਨਾਲ ਲੱਗੀ ਕੰਟੀਨਿਊ ਜਰੂਰੀ ਪ੍ਰੈਸ ਕਰਦੇ ਹੋ ਤੇ ਚਲੋ ਫਿਰ ਸ਼ੁਰੂ ਕਰਦੇ ਅੱਜ ਦੀ ਵੀਡੀਓ ਤੁਹਾਨੂੰ ਦੱਸਨੇ ਸਾਰੀ ਖਬਰ ਪੜ ਕੇ ਆਪਾਂ ਤੇ ਹਾਂਜੀ ਦੋਸਤੋ ਤੁਹਾਨੂੰ ਪਤਾ ਹੋਵੇਗਾ 10ਵੀਂ ਅਤੇ 12ਵੀਂ ਜਮਾਤ ਦੀ ਡੇਟਸ਼ੀਟ ਪੀਐਸਸੀਬੀ ਬੋਰਡ ਦੀ ਹਾਲੇ ਜਾਰੀ ਨਹੀਂ ਕੀਤੀ ਗਈ ਤੇ ਅੱਗੇ ਆਪਾਂ ਤੁਹਾਨੂੰ ਦੱਸਾਂਗੇ ਕਿਸ ਦਿਨ ਜਾਰੀ ਹੋਵੇਗੀ ਅਤੇ ਸੀਬੀਐਸਸੀ ਬੋਰਡ ਦੀ 10ਵੀਂ ਤੇ 12ਵੀਂ ਜਮਾਤ ਦੀ ਡੇਟਸ਼ੀਟ ਜਾਰੀ ਕੀਤੀ ਗਈ ਹੈ ਤੇ ਤੁਸੀਂ ਦੇਖ ਸਕਦੇ ਆਪਾਂ ਤੁਹਾਨੂੰ ਸਾਰੀ ਸਕਰੀਨ ਤੇ ਸਾਰੀ ਡੇਟਸ਼ੀਟ ਆਪਾਂ ਤੁਹਾਨੂੰ ਦਿਖਾ ਦਾਂਗੇ 10ਵੀਂ ਦੀ ਇਸ ਕਰਕੇ ਅੱਗੇ ਆਪਾਂ ਤੁਹਾਨੂੰ ਦੱਸਦੇ ਹਾਂ ਪੀਐਸਸੀਬੀ ਦੀ ਵੀ ਡੇਟਸ਼ੀਟ ਕਦੋਂ ਆਊਗੀ ਤੇ ਆ ਚੁੱਕੀ ਹੈ ਜਾਂ ਨਹੀਂ ਆਈ ਅਫੀਸ਼ੀਅਲ ਸਾਈਟ ਤੇ ਆਪਾਂ ਤੁਹਾਨੂੰ ਸਾਰਾ ਆਨਲਾਈਨ ਲਾਈਵ ਚੈੱਕ ਕਰਕੇ ਦਿਖਾਵਾਂਗੇ ਤੇ ਚਲੋ ਫਿਰ ਦਿਖਾਉ ਨੂੰ ਦਿਖਾਨੇ ਆਪਾਂ ਚੱਲਦੇ ਆ ਆਪਣੀ ਫੋਨ ਦੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਆਪਾਂ ਸਰਚ ਮਾਰਦੇ ਆ ਪੀ ਐਸ ਸੀ ਵੀ ਡੇਟ ਸ਼ੀਟ ਇੱਥੇ ਸਰਚ ਮਾਰ ਸਕਦੇ ਆਪਾਂ ਉਹ ਰਿਹਾ ਅਫੀਸ਼ੀਅਲ ਸਾਈਟ ਖੁੱਲ ਗਈ ਪੀ ਐਸ ਸੀ ਵੀ ਦੀ ਤੇ ਆਪਾਂ ਤੁਹਾਨੂੰ ਡੇਟ ਵੀ ਦਿਖਾ ਦਿੰਨੇ ਆ ਅੱਜ ਡੇਟ ਕਿੰਨੀ ਹੈ 12 ਮਾਰਚ ਅੱਜ ਡੇਟ ਹੈ ਤੇ ਚਲੋ ਫਿਰ ਅਗਾ ਦਿਖਾਨੇ ਆਪਾਂ ਤੁਹਾਨੂੰ ਕੀ ਡੇਟ ਸ਼ੀਟ ਆਈ ਹੈ ਜਾਂ ਨਹੀਂ ਆਈ ਤੁਸੀਂ ਦੇਖ ਸਕਦੇ ਹੋ 7 ਮਾਰਚ ਨੂੰ ਡੇਟ ਸ਼ੀਟ ਆਈ ਠੀਗੀ ਤੁਸੀਂ ਦੇਖ ਸਕਦੇ ਹੋ 5ਵੀਂ ਤੇ 8ਵੀਂ ਜਮਾਤ ਦੀ 5ਵੀਂ ਤੇ 8ਵੀਂ ਜਮਾਤ ਦੀ ਡੇਟ ਸ਼ੀਟ ਜਿਹੜੀ ਆ ਚੁੱਕੀ ਹੈ ਤੇ ਆਪਾਂ ਆਪਣੇ ਚੈਨਲ ਤੇ ਉਹਦੀ ਵੀਡੀਓ ਵੀ ਬਣਾਈ ਤੀ ਤੁਸੀਂ ਜੇ ਨਹੀਂ ਦੇਖੀ ਦੇਖ ਸਕਦੇ ਹੋ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ 7 ਮਾਰਚ ਨੂੰ ਇਹ ਡੇਟ ਸ਼ੀਟ ਆਈਆਂ ਦੀ 5 ਪੰਜਵੀਂ ਜਮਾਤ ਦੀ ਤੇ 8ਵੀਂ ਜਮਾਤ ਦੀ ਤੇ 10ਵੀਂ ਤੇ 12ਵੀਂ ਜਮਾਤ ਦੀ ਡੇਟ ਸ਼ੀਟ ਹਾਲੇ ਨਹੀਂ ਆਈ ਤੇ ਤੁਹਾਨੂੰ ਦੱਸ ਦਈਏ ਡੇਟ ਸ਼ੀਟ ਜਲਦੀ ਹੀ ਆ ਜਾਵੇਗੀ 10ਵੀਂ ਤੇ 12ਵੀਂ ਜਮਾਤ ਦੀ ਤੇ ਜਿਸ ਦਿਨ ਆ ਜਾਵੇਗੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਆਪਾਂ ਪਹੁੰਚਾ ਦੇਵਾਂਗੇ ਪੀਐਸਸੀ ਬੋਰਡ ਦੀ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਨੂੰ ਪ੍ਰੈਸ ਕਰ ਦਿਓ ਤਾਂ ਕਿ ਇਹ ਵੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਤੇ ਚਲੋ ਫਿਰ ਮਿਲਦੇ ਆਂ ਅਗਲੀ ਵੀਡੀਓ ਤੋ ਤੱਕ ਲਈ ਧੰਨਵਾਦ